ਅੰਮ੍ਰਿਤਸਰ ਤੋਂ ਹਰਦੀਪ ਪੁਰੀ ਹੋਣਗੇ ਬੀਜੇਪੀ ਉਮੀਦਵਾਰ। ਭਾਰਤੀ ਜਨਤਾ ਪਾਰਟੀ ਨੇ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਅੰਮ੍ਰਿਤਸਰ ਤੋਂ ਮੌਜੂਦਾ ਰਾਜ ਮੰਤਰੀ ਅਤੇ 1974 ਬੈਚ ਦੇ IFSO ਹਰਦੀਪ ਪੁਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਤਰ੍ਹਾਂ ਫਿਲਮ ਸਟਾਰ ਸੰਨੀ ਦਿਓਲ ਦੇ ਐਲਾਨੇ ਜਾਣ ਦੀਆਂ ਕਿਆਸਰਾਈਆਂ ਨੂੰ ਠੱਲ ਪੈ ਗਈ ਹੈ ਅਤੇ ਜੋ ਵਿਰੋਧੀ ਸੰਨੀ ਦਿਓਲ ਦੀ ਉਮੀਦਵਾਰੀ ਦੇ ਜਵਾਬ ਦੀ ਤਿਆਰੀ ਕਰੀ ਬੈਠੇ ਸਨ, ਉਹਨਾਂ ਨੂੰ ਹੁਣ ਹਰਦੀਪ ਪੁਰੀ ਲਈ ਕਮਰ ਕਸਣੀ ਪਵੇਗੀ। ਕਈ ਮੁਲਕਾਂ ਵਿੱਚ ਭਾਰਤ ਵੱਲੋਂ ਡਿਪਲੋਮੈਟ ਰਹਿ ਚੁੱਕੇ ਪੁਰੀ ਮੌਜੂਦਾ ਦੌਰ ਵਿੱਚ ਕੇਂਦਰ ਸਰਕਾਰ 'ਚ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਦਾ ਸੁਤੰਤਰ ਮਹਿਕਮਾ ਦੇਖ ਰਹੇ ਹਨ। ਇਸ ਤੋਂ ਇਲਾਵਾ ਪਾਰਟੀ ਨੇ ਮੱਧ ਪ੍ਰਦੇਸ਼ ਦੀਆਂ 3 ਅਤੇ ਦਿੱਲੀ ਦੀਆਂ 3 ਸੀਟਾਂ 'ਤੇ ਵੀ ਉਮੀਦਵਾਰ ਐਲਾਨੇ ਹਨ। ਨੌਰਥ ਈਸਟ ਦਿੱਲੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਭੋਜਪੁਰੀ ਸਟਾਰ ਮਨੋਜ ਤਿਵਾਰੀ ਨੂੰ ਨੌਰਥ ਈਸਟ ਦੀ ਬਜਾਏ ਨੌਰਥ ਵੈਸਟ ਤੋਂ ਉਮੀਦਵਾਰ ਐਲਾਨਿਆ ਹੈ। ਵੈਸਟ ਦਿੱਲੀ ਤੋਂ ਮੁੜ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਪ੍ਰਵੇਸ਼ ਵਰਮਾ ਅਤੇ ਚਾਂਦਨੀ ਚੌਕ ਤੋਂ ਵੀ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਹਰਸ਼ ਵਰਧਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।